क्या बात है। गूगल एडसेंस ਦਾ ਜਿਹੜਾ ਪਿੰਨ ਹੁੰਦਾ ਵਾ ਵੈਰੀਫਿਕੇਸ਼ਨ ਪਿੰਨ ਉਹ ਆਪਣਾ ਆ ਚੁੱਕਿਆ ਹੋਇਆ ਵਾ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਵਾ ਇਹ ਆਪਾਂ ਨੂੰ ਮਿਲਦਾ ਕਿੱਦਾਂ ਵਾ ਹਨਾ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਯਾਰ ਆਪਾਂ ਨੂੰ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਸਾਰਿਆਂ ਨੇ ਵਧੀਆ ਹੋਵਾਂਗੇ ਅਸੀਂ ਬਹੁਤ ਜ਼ਿਆਦਾ ਵਧੀਆ ਵਾਂ ਗਾਈਜ਼ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਆਹ ਆਪਣਾ ਵਲੌਗ ਹੈਗਾ ਵਾ ਬਹੁਤ ਜ਼ਿਆਦਾ ਟਾਈਮ ਦੇ ਬਾਅਦ ਆਉਂਦਾ ਪਿਆ ਵਾ ਯਾਰ ਕਿਉਂਕਿ ਨਾ ਥੋੜ੍ਹਾ ਜਿਹਾ ਸ਼ਡਿਊਲ ਬੀਜ਼ੀ ਸੀਗਾ ਤੇ ਥੋੜ੍ਹਾ ਜਿਹਾ ਆਪਾਂ ਡੇਲੀ ਨਹੀਂ ਕਰਦਾ ਸੀਗਾ ਪਾਉਣ ਦਾ ਕਿਉਂਕਿ ਆਪਣੇ ਵਿਊ ਵਗੈਰਾ ਡਾਊਨ ਹੋ ਗਏ ਸੀਗੇ ਮੈਂ ਕਿਹਾ ਯਾਰ ਕੰਟੈਂਟ ਵਧੀਆ ਪਾਵਾਂਗੇ ਜੇ ਪਾਵਾਂਗੇ ਤੇ ਫਿਲਹਾਲ ਆਪਾਂ ਤੁਹਾਡੇ ਲਈ ਸਾਰਿਆਂ ਲਈ ਗੁੱਡ ਨਿਊਜ਼ ਲੈ ਕੇ ਆਏ ਹਾਂ ਹਨਾ ਤੇ ਗੁੱਡ ਨਿਊਜ਼ ਤੇ ਗੁੱਡ ਨਿਊਜ਼ ਮਤਲਬ ਬਹੁਤ ਜ਼ਿਆਦਾ ਵੱਡੀ ਹੈ ਮੇਰੇ ਲਈ ਤੇ ਤੁਹਾਡੇ ਸਾਰਿਆਂ ਲਈ ਵੀ ਬਹੁਤ ਜ਼ਿਆਦਾ ਵੱਡੀ ਹੋ ਗਈ ਕਿਉਂਕਿ ਦੇਖੋ ਯਾਰ ਆਪਣਾ ਜਿਹੜਾ ਗੂਗਲ ਐਡਸੈਂਸ ਦਾ ਅਕਾਊਂਟ ਹੁੰਦਾ ਵਾ ਆਪਣਾ ਇੱਕ ਤੇ ਇੱਕ ਤਾਂ ਦੇਖੋ ਯੂਟਿਊਬ ਅਕਾਊਂਟ ਜਿਹੜਾ ਆਪਾਂ ਇਸ ਟਾਈਮ ਚਲਾ ਰਹੇ ਤੇ ਆਪਾਂ ਵਲੌਗ ਪਾ ਰਹੇ ਹਾਂ ਜਿਹੜਾ ਗੂਗਲ ਐਡਸੈਂਸ ਦਾ ਅਕਾਊਂਟ ਹੁੰਦਾ ਵਾ ਉਹਦੇ ਵਿੱਚ ਕੀ ਹੁੰਦਾ ਵਾ ਜਿੱਦਾਂ ਆਪਣਾ ਯੂਟਿਊਬ ਨਾਲ ਅਟੈਚ ਹੋ ਜਾਂਦਾ ਵਾ ਫਿਰ ਜਿਹੜੀ ਵੀ ਆਪਣੀ ਅਰਨਿੰਗ ਵਗੈਰਾ ਹੁੰਦੀ ਆ ਉਹ ਗੂਗਲ ਐਡਸੈਂਸ ਵੱਲੋਂ ਆਉਂਦੀ ਆ ਆਪਾਂ ਨੂੰ ਜਿੱਦਾਂ ਪੈਸੇ ਵਗੈਰਾ ਜਿੰਨਾ ਵੀ ਹੁੰਦਾ ਨਾ ਸਾਰਾ ਗੂਗਲ ਐਡਸੈਂਸ ਸਾਰਾ ਉਹ ਉੱਥੋਂ ਕੰਟਰੋਲ ਹੁੰਦਾ ਵਾ ਜਿੰਨੇ ਆਪਾਂ ਨੂੰ ਡਾਲਰ ਬਣਦੇ ਆ ਕਿੱਦਾਂ ਬਣਦੇ ਆ ਹਨਾ ਤੇ ਸਾਰਾ ਡਿਪੋਜ਼ਿਟ ਵੀ ਵਿਡਰੋ ਵੀ ਉੱਥੇ ਹੀ ਹੁੰਦਾ ਸਾਰਾ ਕੁਝ ਤੇ ਬਾਕੀ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਆਪਣਾ ਹੁਣ ਸਿਸਟਮ ਕੀ ਆਇਆ ਵਾ ਯਾਰ ਦੇਖੋ ਆਹ ਵਾਲਾ ਆਪਣਾ ਗੂਗਲ ਐਡਸੈਂਸ ਦਾ ਜਿਹੜਾ ਪਿੰਨ ਹੁੰਦਾ ਵਾ ਵੈਰੀਫਿਕੇਸ਼ਨ ਪਿੰਨ ਉਹ ਆਪਣਾ ਆ ਚੁੱਕਿਆ ਹੋਇਆ ਵਾ ਤੇ ਇਹ ਮੈਂ ਤੁਹਾਨੂੰ ਦੱਸ ਦਵਾਂ ਕਿੱਦਾਂ ਆਉਂਦਾ ਵਾ ਆਪਣਾ ਵੈਸੇ ਫਿਲਹਾਲ ਤਾਂ ਹਲੇ ਮੈਂ ਆਪਣਾ ਇਹ ਖੋਲਿਆ ਨਹੀਂਗਾ ਵੈਸੇ ਇੱਥੇ ਐਡਰੈਸ ਲਿਖਿਆ ਹੋਇਆ ਪਿੱਛੇ ਕੁਛ ਇਦਾਂ ਦਾ ਵਾ ਇੱਥੇ ਐਡਰੈਸ ਲਿਖਿਆ ਹੈ ਮੇਰੇ ਹੱਥ ਦੇ ਪਿੱਛੇ ਤੇ ਇਦਾਂ ਦਾ ਕੁਛ ਦਿਖਦਾ ਵਾ ਆਹ ਦੇਖੋ ਯਾਰ ਹਨਾ ਮਤਲਬ ਇਹਦੇ ਵਿੱਚ ਥੱਲੇ ਆ ਸਾਰਾ ਕੁਝ ਲਿਖਿਆ ਹੁੰਦਾ ਵਾ ਤੇ ਬਾਕੀ ਇਹ ਰਹੀ ਸੀਗਾ ਸਾਰਾ ਕੁਝ ਬਾਕੀ ਹਲੇ ਫਿਲਹਾਲ ਆਪਾਂ ਇਹਨੂੰ ਖੋਲ ਕੇ ਦੇਖਾਂਗੇ ਇਹਦੇ ਵਿੱਚ ਆਪਣੇ 6 ਡਿਜਿਟ ਦਾ ਇੱਕ ਕੋਡ ਲਿਖਿਆ ਹੁੰਦਾ ਵਾ ਤੇ ਕੋਡ ਆਪਾਂ ਭਰਾਂਗੇ ਕੋਡ ਭਰਨ ਤੋਂ ਬਾਅਦ ਫਿਰ ਆਪਣਾ ਜਿਹੜਾ ਅਕਾਊਂਟ ਹੈਗਾ ਵਾ ਵੈਰੀਫਾਈ ਹੋ ਜਾਊਗਾ ਹਨਾ ਮਤਲਬ ਆਪਾਂ ਯਾਰ ਵਧੀਆ ਵੈਰੀਫਾਈ ਅਕਾਊਂਟ ਵਾਲੇ ਬੰਦੇ ਬਣ ਜਾਾਂਗੇ ਉਸ ਤੋਂ ਬਾਅਦ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਵਾ ਇਹ ਆਪਾਂ ਨੂੰ ਮਿਲਦਾ ਕਿੱਦਾਂ ਵਾ ਹਨਾ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਯਾਰ ਆਪਾਂ ਨੂੰ ਨਾ ਜਿਹੜਾ ਮੇਨ ਸਟੈਪ ਆ ਆਪਣਾ ਜਿਹੜਾ ਆਪਾਂ ਚੈਨਲ ਖੋਲਦੇ ਆ ਚੈਨਲ ਇੱਕ ਆਪਣਾ ਜਿਹੜਾ ਯੂਟਿਊਬ ਦਾ ਹੁੰਦਾ ਵਾ ਸਭ ਤੋਂ ਪਹਿਲਾਂ ਆਪਾਂ ਨੂੰ 4000 ਵਾਸ ਟਾਈਮ ਚਾਹੀਦਾ ਹੁੰਦਾ ਵਾ ਤੇ 1000 ਸਬਸਕ੍ਰਾਈਬਰ ਚਾਹੀਦੇ ਹੁੰਦੇ ਆ ਉਹ ਆਪਣੇ ਚੈਨਲ ਤੇ ਕੰਪਲੀਟ ਹੋ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਆਪਣਾ ਕੀ ਹੁੰਦਾ ਵਾ ਆਪਾਂ ਗੂਗਲ ਐਡਸੈਂਸ ਦਾ ਅਕਾਊਂਟ ਬਣਾਉਣਾ ਹੁੰਦਾ ਵਾ ਤੇ ਗੂਗਲ ਐਡਸੈਂਸ ਦਾ ਅਕਾਊਂਟ ਕਈ ਬੰਦੇ ਪਹਿਲੇ ਹੀ ਬਣਾ ਲੈਂਦੇ ਆ ਕਈ ਬੰਦੇ ਬਾਅਦ ਚ ਬਣਾ ਲੈਂਦੇ ਜਦੋਂ ਆਪਣਾ ਮੋਨੇਟਾਈਜ਼ ਇਨੇਬਲ ਹੋ ਜਾਂਦਾ ਵਾ ਪਰ ਮੈਂ ਪਹਿਲੇ ਬਣਾ ਲਿਆ ਸੀਗਾ ਤੇ ਉਹਦੇ ਬਾਅਦ ਆਪਣਾ ਡਿਸੇਬਲ ਹੋ ਗਿਆ ਸੀਗਾ ਫਿਰ ਮੈਂ ਫਿਰ ਦੁਬਾਰਾ ਅਪਲਾਈ ਕੀਤਾ ਸੀਗਾ ਕਿਉਂਕਿ ਕਹਿੰਦੇ ਸੀਗੇ ਕਿ ਤੁਹਾਡਾ ਲੌਗ ਆਊਟ ਹੋ ਚੁੱਕਿਆ ਹੋਇਆ ਵਾ ਹਨਾ ਤੇ ਆਪਾਂ ਲੌਗਇਨ ਕਰਕੇ ਦੁਬਾਰਾ ਮਤਲਬ ਉਹ ਕਰ ਲਿਆ ਸੀਗਾ ਰਿਕਵਰ ਕਰ ਲਿਆ ਸੀਗਾ ਹਨਾ ਤੇ ਬਾਕੀ ਇਸ ਤਰ੍ਹਾਂ ਆਪਾਂ ਬੋਲੇ ਯਾਰ ਹਨਾ ਤੇ ਉਸ ਤੋਂ ਬਾਅਦ ਮੈਂ ਦੱਸਦਾ ਕੀ ਹੁੰਦਾ ਵਾ ਇਹ ਕਿੱਦਾਂ ਆਉਂਦਾ ਵਾ ਤੇ ਆਪਾਂ ਨੂੰ ਨਾ ਉਹਦੇ ਵਿੱਚ ਕੀ ਹੁੰਦਾ ਵਾ $10 ਆਪਾਂ ਨੂੰ ਘੱਟੋ ਘੱਟ ਚਾਹੀਦੇ ਹੁੰਦੇ ਆ ਜਿੱਦਾਂ $10 ਆਪਾਂ ਕਮਾਉਣੇ ਆ ਜਿੱਦਾਂ ਵੀਡੀਓ ਪਾ ਕੇ ਜਿੱਦਾਂ ਹੁਣ ਇੱਕ ਅੱਧੀ ਵੀਡੀਓ ਚੜ ਜਾਂਦੀ ਕਈਆਂ ਦੇ ਤਾਂ ਯਾਰ $100 ਬਣ ਜਾਂਦੇ ਆ ਤੇ ਮਤਲਬ ਇਹ $10 ਚਾਹੀਦੇ ਜੇ ਆਪਾਂ ਇਹਨੇ ਮੰਗਵਾਉਣਾ ਵਾ ਹਨਾ ਤੇ ਆਪਣੇ $10 ਇੱਦਾਂ ਕੁਛ ਬਣ ਚੁੱਕੇ ਹੋਏ ਨੇ ਯਾਰ ਜਿੰਨਾ ਵੀ ਆਪਣਾ ਲਾਸਟ ਰੈਵੈਨਿਊ ਰਿਹਾ ਵਾ ਮਹੀਨੇ ਦਾ ਦੇਖੋ ਆਪਣੇ 3 ਮਹੀਨੇ ਦੇ $10 ਬਣੇ ਨੇ 3 ਮਹੀਨੇ ਸਟਰਗਲ ਕਰਨੀ ਪਈ ਉਸ ਮਤਲਬ ਪੈਸੇ ਕਮਾਉਣ ਵਾਸਤੇ ਉਸ ਤੋਂ ਪਹਿਲਾਂ ਤਾਂ ਯਾਰ ਆਪਾਂ ਮਤਲਬ ਲਗਾਤਾਰ ਸਟਰਗਲ ਦੱਬੀ ਰੱਖੀ ਆਪਾਂ 1.5 ਸਾਲ ਵਲੌਗ ਪਾਏ ਹਨਾ ਤੇ ਮੈਂ ਯਾਰ ਸੋਰੀ ਮੰਗਦਾ ਤੁਹਾਡੇ ਸਾਰਿਆਂ ਦੇ ਕੋਲੋਂ ਕਿਉਂਕਿ ਆਪਾਂ ਇੰਨੇ ਦੇਰ ਦੇ ਵਲੌਗ ਨਹੀਂ ਪਾਏ ਸੀਗੇ ਕਿਉਂਕਿ ਯਾਰ ਥੋੜ੍ਹਾ ਜਿਹਾ ਆਪਣਾ ਟਾਈਮ ਨਹੀਂ ਸੀਗਾ ਤੇ ਆਪਣੇ ਵਿਊਜ਼ ਕਾਫੀ ਯਾਰ ਡਾਊਨ ਹੋ ਗਏ ਸੀਗੇ ਮਨ ਨਹੀਂ ਕਰਦਾ ਸੀਗਾ ਤੇ ਕੰਟੈਂਟ ਵੀ ਨਹੀਂ ਕੁਛ ਸੀਗਾ ਯਾਰ ਕੰਟੈਂਟ ਇੰਨੀਆਂ ਦਾ ਪਾਤੇ ਹੁਣ ਦਿਮਾਗ ਹਿੱਲਿਆ ਪਿਆ ਹੁਣ ਪਾਵਾਂ ਕੀ ਹਨਾ ਤੇ ਮਤਲਬ ਯਾਰ ਥੋੜ੍ਹਾ ਜਿਹਾ ਮੈਂ ਰਫਲੀ ਭਾਸ਼ਾ ਯੂਜ਼ ਕਰ ਲੈਂਦਾ ਵਿੱਚ ਵਿੱਚ ਤੇ ਆਪਣਾ ਕਿਉਂਕਿ ਪੰਜਾਬੀ ਸੁਭਾਅ ਆ ਯਾਰ ਹਨਾ ਕਈ ਆਪਣੇ ਮੁੰਡੇ ਹਿੰਦੀ ਵਾਲੇ ਵੀ ਦੇਖਦੇ ਆ ਆਪਣੇ ਮੁੰਬਈ ਵਗੈਰਾ ਤੋਂ ਤੇ ਉਹ ਹੈਗੇ ਆ ਪੰਜਾਬ ਮਤਲਬ ਪਬਜੀ ਖੇਲਦੇ ਮੇਰੇ ਨਾਲ ਹਨਾ ਉਹ ਵੀ ਦੇਖਦੇ ਮੁੰਡੇ ਕਾਫੀ ਤੇ ਬਾਕੀ ਯਾਰ ਮੈਂ ਅੱਜ ਲਈ ਇੰਨੇ ਸੀਗਾ ਬਸ ਤੇ ਬਾਕੀ ਫਿਲਹਾਲ ਅਸੀਂ ਜਿਹੜਾ ਵਾਲਾ ਇਸ ਆਪਣਾ ਹੈਗਾ ਵਾ ਹਨਾ ਇਹ ਵਾਲਾ ਤੁਹਾਡੇ ਸਾਹਮਣੇ ਆਪਾਂ ਓਪਨਿੰਗ ਕਰ ਦਿੰਦੇ ਆ ਪਰ ਓਪਨਿੰਗ ਵੀ ਨਹੀਂ ਕੀਤੀ ਹੈਗੀ ਇਹਦੀ ਤੇ ਚਲੋ ਦੇਖ ਦਿੰਦੇ ਆਪਾਂ ਕਿੱਦਾਂ ਹੁੰਦਾ ਵਾ ਆ ਦੇਖੋ ਇਹ ਲਿਖਿਆ ਹੋਇਆ ਸੀਗਾ ਇਧਰੋਂ ਜਿੱਧਰ ਨੂੰ ਪੜਨਾ ਵਾ ਹਨਾ ਕੀ ਬਾਤ ਹੈ ਕਿੰਨੀ ਵਧੀਆ ਸਾਊਂਡ ਆਉਂਦੀ ਵੀ ਹਨਾ ਤੇ ਇਧਰੋਂ ਹੀ ਆਪਾਂ ਹੁਣ ਇਧਰੋਂ ਜੀ ਇੱਦਾਂ ਪੜਨਾ ਵਾ ਜਿੱਦਾਂ ਆਪਾਂ ਆਈਫੋਨ ਨਹੀਂ ਖੋਲਦੇ ਹੁੰਦੇ ਕਈ ਵਾਰੀ ਆਈਫੋਨ ਖੋਲਣ ਲੱਗੇ ਅਨਬੋਕਸਿੰਗ ਦੀ ਸਾਊਂਡ ਆਉਂਦੀ ਹੁੰਦੀ ਨਾ ਉਹੀ ਜੀ ਸਾਊਂਡ ਆ ਰਹੀ ਹੈ ਦੇਖੋ ਸਾਊਂਡ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਤੇ ਲੋ ਵੀ ਮਤਲਬ ਹੁਣ ਆਪਾਂ ਅਨਬੋਕਸ ਕਰ ਲਿਆ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਾਂ ਦੇਖੋ ਅਨਬੋਕਸ ਵੀ ਨਹੀਂ ਕੀਤਾ ਸੀ ਮੈਂ ਕਿਹਾ ਯਾਰ ਪਹਿਲਾਂ ਵੀਡੀਓ ਬਣਾਉਣੀ ਹੈ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੀ ਆਪਣਾ ਜਿਹੜਾ ਕੋਡ ਹੈਗਾ ਵਾ ਉਹ ਆਇਆ ਵਾ ਤੇ ਆਪਾਂ ਸਭ ਨਾਲ ਪਹਿਲਾਂ ਪੜ੍ਹਦੇ ਹਾਂ ਜੀ ਗੂਗਲ ਐਡਸੈਂਸ ਯਾਰ ਮੈਂ ਥੋੜ੍ਹਾ ਜਿਹਾ ਪੜ੍ਹ ਲਵਾਂ ਹੋਰ ਕੋਈ ਮੇਰੀ ਪਰਸਨਲ ਇਨਫੋਰਮੇਸ਼ਨ ਨਾ ਹੋਵੇ ਹਨਾ ਬਸ ਠੀਕ ਆ ਓਕੇ ਰਿਪੋਰਟ ਆ ਸਾਰਾ ਕੁਝ ਤੇ ਆਹ ਦੇਖੋ ਯਾਰ ਆਹ ਆਪਣਾ ਸਾਰਾ ਕੁਝ ਲਿਖਿਆ ਹੁੰਦਾ ਵਾ ਇਧਰਲੇ ਪਾਸੇ ਖਾਲੀ ਹੈ ਕਾਗਜ਼ ਆ ਹਨਾ ਜਿੱਥੇ ਮੈਂ ਹੱਥ ਰੱਖਿਆ ਹੋਇਆ ਆਪਣਾ ਉੱਥੇ ਆਪਣਾ ਪਿੰਨ ਲਿਖਿਆ ਹੋਇਆ ਵਾ ਤੇ ਵੈਸੇ ਤਾਂ ਮੈਂ ਦਿਖਾ ਦਿੰਦਾ ਸੀਗਾ ਯਾਰ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਆਪਾਂ ਹਾਲੇ ਪਾਇਆ ਨਹੀਂ ਗਾ ਪਿੰਨ ਉਹਦੇ ਕਰਕੇ ਆਪਾਂ ਦਿਖਾਉਣੀ ਦੇ ਹੈਗੇ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਲਿਖਿਆ ਹੋਇਆ ਵੈਲਕਮ ਟੂ ਗੂਗਲ ਐਡਸੈਂਸ ਯੂਅਰ ਅਕਾਊਂਟ ਇਜ਼ ਸੈਟ ਅਪ ਟੂ ਰਿਸੀਵ ਪੇਮੈਂਟ ਯੈਟ ਪਲੀਜ਼ ਯੂ ਫੋਲੋ ਦੀ ਇੰਸਟਰਕਸ਼ਨਸ ਟੂ ਵੈਰੀਫਾਈ ਯੂਅਰ
होम पेज, मतलब जब आप फोन खोलते ना होम पेज से अपना साइन इन का ओवला पेज आता, वो कहता ओवला खोल लो तो एंटर द पिन एक्चुअली एज इट अपेयर्स ऑन द राइट एंड सिलिक सबमिट। वो कहता कि जो पिन है ना वो मतलब एग्जैक्टली जो है वह तुम फिल कर दो, तो उस बार कह रहे वा कि फरदर इंस्ट्रक्शन अवेलेबल हेयर। वो कहता जो तुम होर भी इंस्ट्रक्शन चाहते हो कि तुम्हें पता लगन तो आपका लिंक उन्हें दिता हुआ वा, तो आ लिंक अपना मिले हुआ वा, यू मतलब क्लिक करके है ना मतलब सर्च करके फॉर इंट्रक्शन लै सकता वा कि हो सकती है इंट्रोडक्शन के है ना। तो थले लिखा हुआ प्लीज नोट दैट वी विल स्टॉप सर्विंग एड्स थ्रोबल, यार काफ़ी कुछ लिखा हुआ वा, हम आप कल पढ़ना वा है ना, भी वीडियो लंबी बनी जाती है, तो मतलब फिलहाल आप मोटा मोटा जहाँ पढ़ के तुम दिखा दता हुआ वा, तो बाकी यार जो कोड आप जो है भरते हैं, तो बाकी अपना अकाउंट वेरीफाई करते हैं। तो अगली वीडियो इन्नी सीगा, तो जो नैक्सट व्लॉग होगा बहुत ज़्यादा वधिया होने वाला वा, क्योंकि कोई सरप्राइज रखते हैं आप है ना, तो पावे तो बाकी फिलहाल अजली इन्हें सगा। जो व्लॉग वजिए लगे तो उन्होंने कमेंट सैक्शन में कमेंट करके जरूर दस्यो, तो इंस्टाग्राम से जरूर फॉलो कर लो, तुम इंस्टाग्राम से मैंने फॉलो ही नहीं करते हैं यार, सबसक्राइबर मतलब काफ़ी ज्यादा अपने 2000 तो हो ही चुके हुए हैं, 2000 थोड़े उधर भी आ जाओ है ना, तो स्टोरी वगैरह आप शेयर कर लिया करा, क्योंकि देखो यार कई बार मैं लाइव लोकेशन का मतलब पाना रहना वा, मैं इतने हाँ मैं उत्थे हाँ, तो ताकि तुम्हें पता लगता रहे है ना कि मैं की करता रहना वा। तो बाकी अजली इन्हें सगा यार व्लॉग वजिए लगे तो उन्होंने कमेंट सैक्शन में कमेंट करके जरूर दस्यो, लाइक भी कर दे शेयर भी कर देते, थैंक यू सो मच वॉचिंग, बाय।